ਇਤਕੋ ਨਾਜ਼ਰੀਨ ਮੇਵਾਜਾਤ ਹੀ ਲੱਗੇ ਵੇ ਖਾਨ ਸਾਹਿਬ ਵਿੱਚ ਹੀ ਦੇ ਅਸਲਾਮ ਵਾਲੇਕੁਮ ਖਾਨ ਸਾਹਿਬ ਆ ਸੰਘੇ ਜੀ ਫਿਰ ਦੇ ਕਿਸ ਤਰ੍ਹਾਂ ਦੇ ਰਿਹਾ ਖਜੂਰ ਸਾਢੇ ਤਿੰਨ ਸੌ ਰੁਪਏ ਕਿਲੋ ਸਹੀ ਹੈ ਜੀ ਮੇਵੇ ਸ਼ੇਵੇ ਖਾਓ ਸਰਦੀ ਅਸ਼ ਨਹੀਂ ਪੀ ਅਸਲਾਮ ਵਾਲੇਕੁਮ ਨਾਜ਼ਰੀਨ ਮੈਂ ਤੁਹਾਨੂੰ ਮਿਜ਼ਬਾਨ ਮੁਹੰਮਦ ਸ਼ਾਜ਼ੀ ਬਿਗ ਦਾ ਵਿੱਚ ਤੁਹਾਨੂੰ ਇੱਕ ਨਵੀਂ ਵੀਡੀਓ ਚਾਹ ਰਹਾ ਉਮੀਦ ਕਰਨਾ ਕਿ ਸਾਰੇ ਮੈਂਬਰ ਠੀਕ ਹੋ ਸਵਾਲ ਅਲਹਮਦੁਲਿਲਾ ਮੈਂ ਵੀ ਠੀਕ ਹਾਂ ਔਰ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੈ ਇਸਕੀ ਐਂਡੀਆਂ ਤੱਕਿਆ ਨੇ ਅੱਜ ਅਸੀਂ ਜੁਲੇ ਹਾਂ ਜੀ ਰਾਵਲਪਿੰਡੀ ਤੱਕ ਸਕਣ ਇਸ ਵਕਤ ਅਸਾਂ ਡਡਿਆਲ ਅੱਡੇ 'ਚ ਮੌਜੂਦ ਹਾਂ ਚੈੱਕ ਕਰੋ ਠੀਕ ਹੈ ਇੱਥੋਂ ਜਾਏ ਅਸਾਂ ਫੈਜ਼ਾਬਾਦ ਅਤੇ ਉੱਥੋਂ ਅੱਗੇ ਜਾ ਅਸਾਂ ਸਦਰ ਔਰ ਰਾਜਾ ਬਾਜ਼ਾਰ ਤੋਂ ਕੋਈ ਸਮਾਨ ਵਗੈਰਾ ਕਿੰਨਾ ਅਤੇ ਇਸ ਵਲੋਗ ਕਿੰਨੀਆਂ ਤੱਕਿਆ ਨੇ ਉਮੀਦ ਦੱਸਾਂ ਕਿ ਵਲੋਗ ਪਸੰਦ ਇਸ ਗੱਡੀ ਟਰੈਵਲ ਕਰ ਸਕਦਾ ਕਿ ਸਕਣੇ ਹੋ ਠੀਕ ਹੈ ਜਾਸੀ ਹੁਣ ਇਹ ਡਡਿਆਲ ਤੋਂ ਰਾਵਲਪਿੰਡੀ ਰੋਡ ਜਾਣੀ ਹੈ ਸਿੱਧੀ ਅਤੇ ਇਹ ਜਿਹੜੀ ਅੱਗੇ ਮਿਰਪੁਰ ਸਾਈਡ ਪਰ ਜਾਣੀ ਹੈ ਠੀਕ ਹੈ ਅਤੇ ਜੁੜੇ ਰਹੋ ਅਸਾਂ ਨਾਲ ਮਿਲੇ ਅੱਗੇ ਸਕੀ ਪਿੰਡੀ ਹਾਂਜੀ ਨਾਜ਼ਰੀਨ ਅਸਾਂ ਜਿਹੜਾ ਸਫ਼ਰ ਨਾਲ ਆਗਾਜ਼ ਹੋ ਗਿਆ ਅਤੇ ਕਿਸੇ ਕਹਿੰਦੇ ਇਹ ਸ਼ੈਲ ਪੰਪ ਹੈ ਔਰ ਇਹ ਜਿਹੜਾ ਰਾਹ ਹੈ ਇਹ ਜਾਣਾ ਸਿਆਖ ਇੱਥੋਂ ਸਿਆਖ 14 ਕਿਲੋਮੀਟਰ ਔਰ ਰਾਵਲਪਿੰਡੀ 82 ਕਿਲੋਮੀਟਰ ਹੈ ਮਤਲਬ ਕਿ 82 ਕਿਲੋਮੀਟਰ ਅਤੇ ਅੱਗੇ ਜਨਾਬ ਆਈ ਗਿਆ ਰੱਟਾ ਔਰ ਰੱਟੇ ਤੋਂ ਅੱਗੇ ਜਨਾਬ ਇਸੀ ਸੁਰੱਖੀ ਇਸ ਸੁਬਹ ਨੂੰ ਮੰਜ਼ਰ ਹੈ ਮਾਸ਼ਾਅੱਲਾ ਕਿੰਨਾ ਹਸੀਨ ਔਰ ਖੂਬਸੂਰਤ ਹੈ ਤੱਕ ਸਕਦੇ ਕਿੰਨਾ ਅਲੀਸ਼ਾਨ ਹੈ ਤੁਸੀਂ ਕੀ ਬੰਗਲਾ ਨਜ਼ਰ ਆ ਜਿਹੜਾ ਸੀ ਮਾਸ਼ਾਅੱਲਾ ਅਤੇ ਬਾਕੀ ਹੁਣ ਅੱਗੇ ਜਾਣੇ ਪਿਆ ਇਹ ਹੁਣ ਸੁਰੱਖੀ ਨਾਲ ਏਰੀਆ ਆਈ ਗਿਆ ਠੀਕ ਹੈ ਅਤੇ ਇਸ ਤੋਂ ਬਾਅਦ ਜਨਾਬ ਇਸੀ ਦਾਨ ਗਲੀ ਠੀਕ ਹੈ ਉਸਨੇ ਬੜਾ ਖੂਬਸੂਰਤ ਵੀਓ ਉਸਨੇ ਦੱਸਿਆ ਅਗਰ ਚੈਨਲ ਕੀ ਸਬਸਕ੍ਰਾਈਬ ਕਰੋਗੇ ਤਾਂ ਲਾਜ਼ਮੀ ਸਬਸਕ੍ਰਾਈਬ ਕਰੋ ਵੀਡੀਓ ਕੀ ਲਾਈਕ ਕਰੋ ਕਮੈਂਟਸ ਵਿੱਚ ਪਾਓ ਤੁਸੀਂ ਕੀ ਵੀਡੀਓਜ਼ ਕੀ ਨਹੀਂ ਲੱਗਦੀਆਂ ਤਾਂ ਅੱਜ ਦੀ ਵੀਡੀਓ ਜਿਹੜੀ ਹੈ ਤੁਸੀਂ ਪਹਿਲਾਂ ਤਸਵੀਰਾਂ ਕਿ ਇੱਕ ਟਰੈਵਲਿੰਗ ਵੀਰੋ ਪਰ ਮੁਸ਼ਮਿਲ ਹੈ ਜਿਹੜਾ ਕਿ ਅਸਾਂ ਰਾਵਲਪਿੰਡੀ ਔਰ ਇਸਲਾਮਾਬਾਦ ਜਾਸਾਂ ਤਾਂ ਇਸ ਵੀਡੀਓ ਕੀ ਐਂਡੀਆਂ ਤਾਂ ਕਹਿ ਰਹੇ ਬਾਕੀ ਮਜ਼ੀਦ ਵੀਡੀਓ ਵਾਸਤੇ ਅਸਾਂ ਨੇ ਚੈਨਲ ਕਿ ਲਾਜ਼ਮੀ ਸਬਸਕ੍ਰਾਈਬ ਕਰ ਰਹੇ ਤਾਂ ਇਹ ਰਸਤੇ ਨੇ ਮੁਨਾਜ਼ਰ ਮਾਸ਼ਾਅੱਲਾ ਕਿੰਨਾ ਖੂਬਸੂਰਤ ਵੀ ਹੈ ਇੱਥੋਂ ਦੰਗਲੀ ਜਾਓ ਤਾਂ ਉਸ ਤੋਂ ਪਹਿਲੇ ਇਸ ਕੀ ਨਜ਼ਰ ਏਸੀ ਨਾਜ਼ਰੀਨ ਪੁੱਜ ਗਏ ਇਸਲਾਮਾਬਾਦ ਔਰ ਇਹ ਇਸਲਾਮਾਬਾਦ ਰੋਡ ਜਾਣੀ ਹੈ ਜਿਹੜੀ ਕਿ ਰਵਾਤ ਤੋਂ ਅੱਗੇ ਜਿਹੜੀ ਟਰਨ ਹੋਣੀ ਹੈ ਰਾਈਟ ਸਾਈਡ ਪਰ ਔਰ ਇੱਥੇ ਟ੍ਰੈਫਿਕ ਜਿਹੜੀ ਕਾਫੀ ਜ਼ਿਆਦਾ ਜਿਹੜੀ ਹੈ ਨਾ ਜਾਮ ਲੱਗਣੀ ਪਈ ਤੱਕੀ ਸਕਣੇ ਹੋ ਟ੍ਰੈਕ ਕਾਫੀ ਜ਼ਿਆਦਾ ਖਲਤੇ ਵੇ ਅੱਗੇ ਜੇ ਤੱਕਣੇ ਕਿਹਾ ਕੋਈ ਸਿਲਸਿਲਾ ਹੈ ਕਿਹਾ ਕੋਈ ਸੀਨ ਹੈ ਫਾਈਨਲੀ ਪਹੁੰਚੀ ਗਈਆਂ ਫੈਜ਼ਾਬਾਦ ਇਹ ਹੁਣ ਮਸੇ ਲੱਥਾ ਹੈਗਾ ਗੱਡੀ ਪਰ ਨੂੰ ਅਤੇ ਹੁਣ ਅੱਗੇ ਜਾ ਸਾਂ ਮੈਟਰੋ ਸਟੇਸ਼ਨ ਵਾਲੀ ਸਾਈਡ ਪਰ ਔਰ ਮੈਟਰੋ ਸਟੇਸ਼ਨ ਤੋਂ ਫਿਰ ਅੱਗੇ ਜਾ ਸਾਂ ਸਦਰ ਠੀਕ ਹੈ ਬਾਕੀ ਹੈ ਤਾਂ ਕਿਹਨੂੰ ਪਹੁੰਚ ਗਈਆਂ ਫੈਜ਼ਾਬਾਦ ਰਸ਼ ਤਾਂ ਕੋਈ ਇੱਥੇ ਕਾਫੀ ਜ਼ਿਆਦਾ ਇਸ ਵਕਤ ਤੱਕ ਸਕਦੇ ਹਾਂ ਆਵਾਮ ਆਈ ਰਹੀ ਔਰ ਜਾ ਰਹੀ ਹੈ ਹਾਂਜੀ ਗਾਇਜ਼ ਹੁਣ ਜਾਈਦੇ ਹਾਂ ਅੱਗੇ ਮੈਟਰੋ ਸਟੇਸ਼ਨ ਵਾਲੀ ਸਾਈਡ ਪਰ ਅਸਾਂ ਬਹਿ ਗਿਆ ਮੈਟਰੋ ਵਿੱਚ ਤੱਕ ਸਕਦੇ ਹਾਂ ਵੀਓ ਠੀਕ ਹੈ ਔਰ ਬਾਕੀ ਤੁਸੀਂ ਕਿੱਥੋਂ ਬਾਹਰ ਨਾ ਵੀ ਦੱਸਣਾ ਮੈਂ ਇਹ ਬਾਹਰ ਨਾ ਵਿਊ ਹੈ ਮੈਟਰੋ ਪਰੋਂ ਨਾਜ਼ਰੀਆਂ ਸਭ ਪਹੁੰਚੀ ਗਿਆ ਸਦਰ ਤਾਂ ਇਹ ਮੈਟਰੋ ਸਟੇਸ਼ਨ ਤੋਂ ਬੁਣ ਲੈਣੇ ਪਿਆ ਇੱਥੋਂ ਹੁਣ ਲੈ ਸਾਂ ਬੁਣ ਹਾਂਜੀ ਨਾਜ਼ਰੀਆਂ ਇਸ ਵਕਤ ਪਹੁੰਚ ਗਿਆ ਸਦਰ ਬਾਜ਼ਾਰ ਤੱਕ ਸਕਣੇ ਇਸ ਵਕਤ ਜਿਹੜਾ ਸਦਰ ਬਾਜ਼ਾਰ ਹੈ ਉਹ ਬੰਦ ਹੈ
ਠੀਕ ਹੈ ਹੁਣ ਲੱਗੀ ਹੋਈ ਡਾਢੀ ਟੈਕ ਕਰਸਾਂ ਸਾਰਾ ਪਹਿਲਾਂ ਨਾਸ਼ਤਾ ਬਾਅਦ ਜਿਹੜਾ ਕੰਮ ਕਰਸਾਂ ਇਸ ਵਕਤ ਦੇਖ ਸਕਦੇ ਹੋ ਸਦਰ ਬਾਜ਼ਾਰ ਬਿਲਕੁਲ ਬੰਦ ਹੈ ਇੱਥੇ ਜਿਹੜੀਆਂ ਸ਼ਾਪਾਂ 11-12 ਵਜੇ ਨਾਲ ਓਪਨ ਹੋਣੀਆਂ ਔਰ ਇਸ ਵਕਤ ਜਿਹੜਾ ਟਾਈਮ ਹੈ ਉਹ ਤਕਰੀਬਨ 10 ਵਜੇ ਨਾਲ ਆਉਂਦਾ ਫਾਈਨਲੀ ਸਭ ਪੁੱਛੀਆਂ ਜੀ ਕੋਇਟਾ ਕਰਾਚੀ ਕੈਫੇ 'ਚ ਤਾਂ ਕਿਸ ਕਨੇ ਹੋ ਠੀਕ ਹੈ ਬਾਕੀ ਆ ਗਿਆ ਜੁਲਾ ਨਾਸ਼ਤਾ ਵਗੈਰਾ ਕਰਾਂ ਹਾਏ ਹਾਏ ਇੱਥੇ ਤਾਂ ਕੁਛ ਹਾਂ ਉੱਪਰ ਠੀਕ ਹੈ ਬੋਰਡ ਹੈ ਬੋਰਡ ਚੈੱਕ ਕਰੋ ਬਾਕੀ ਇੱਥੇ ਬਹਿਣੇ ਨਾਸ਼ਤਾ ਵਗੈਰਾ ਕਰਨੇ ਹੋ ਬੈਠਾਵਾਂ ਚੈੱਕ ਕਰ ਸਕਦੇ ਹੋ ਠੀਕ ਹੈ ਔਰ ਬੜਾ ਖੁਸ਼ਗਵਾਰ ਮੌਸਮ ਹੈ ਇਹ ਤਾਂ ਕਾਫੀ ਜ਼ਿਆਦਾ ਗਰਮੀ ਹੈ ਪਿੰਡੀ ਵਿੱਚ ਕਸ਼ਮੀਰ ਦੀ ਨਿਸਬਤ ਲੇਕਿਨ ਚੈੱਕ ਕਰੋ ਆਵਾਮ ਹੀ ਤਾਂ ਆਈ ਵੀ ਹੈ ਨਾਸ਼ਤਾ ਵਗੈਰਾ ਕਰਨੇ ਦਾ ਸਾਰਾ ਆ ਗਿਆ ਜੀ ਨਾਸ਼ਤਾ ਠੀਕ ਹੈ ਚੈੱਕ ਕਰ ਸਕਦੇ ਹੋ ਇਹਦਾ ਜਾਂ ਉਸ ਕੋਲ ਛੋਲੇ ਠੀਕ ਹੈ ਨਾਲ ਲੈਣ ਪਰਾਂਠੇ ਠੀਕ ਹੈ ਨਾਲ ਚਟਨੀ ਤਾਂ ਹੁਣ ਅਸੀਂ ਕਰਨੇ ਨਾਸ਼ਤਾ ਹਾਂ ਜੀ ਨਾਜ਼ਰੀਨ ਖਾਣਾ ਵਗੈਰਾ ਖਾਈ ਰਹੇ ਹਾਂ ਤਾਂ ਹੁਣ ਅੱਗੇ ਜਿੰਨੇ ਬਾਜ਼ਾਰਾਂ ਦਾ ਰਸਤੇ ਕੰਮ ਇੱਥੇ ਠੀਕਾ ਜਿਹਾ 11 ਵਜੇ ਦੁਕਾਨ ਖੁੱਲ੍ਹਦੀ ਨਾਜ਼ਰੀਨ ਹੁਣ ਅੱਗੇ ਜਾਈਦੇ ਹਾਂ ਬਾਜ਼ਾਰਾਂ ਵਾਲੀ ਸਾਈਡਾਂ ਪਰ ਤਕਰੀਬਨ 11-12 ਵਜੇ ਦੁਕਾਨਾਂ ਖੁੱਲ੍ਹੀਆਂ ਤਾਂ ਜਿੱਥੋਂ ਅਸੀਂ ਆਪਣਾ ਕੰਪਿਊਟਰ ਠੀਕ ਕਰਾਉਣਾ 11 ਵਜੇ ਦੁਕਾਨ ਖੁੱਲ੍ਹਦੀ ਤਾਂ ਉੱਥੇ ਜੁਲੇ ਹੁਣ ਤੱਕਣੀਆਂ ਖੁੱਲ੍ਹਦੀ ਵੀ ਆ ਕੋਣੀ ਹਾਂ ਜੀ ਨਾਜ਼ਰੀਨ ਕੰਪਿਊਟਰ ਦੁਕਾਨਾਂ ਪਰ ਆਈ ਗਈਆਂ ਇੱਥੇ ਦਿੱਤਾ ਆਪਣਾ ਸੀਪੀਯੂ ਸੈੱਟ ਕਰਾਉਣੇ ਤਾਂ ਤੱਕੀ ਸਕਦੇ ਹੋ ਤਾਂ ਇਸ ਤੋਂ ਬਾਅਦ ਅੱਗੇ ਜਾ ਸਾਂ ਬਾਜ਼ਾਰਾਂ 'ਚ ਇਹ ਕੰਮ ਪਹਿਲਾਂ ਖਤਮ ਹੋਇਆ ਨਾਜ਼ਰੀਨ ਹੁਣ ਜੁਲੇ ਸਾਂ ਰਾਜਾ ਬਾਜ਼ਾਰ ਵਾਲੀ ਸਾਈਡ ਪਰ ਠੀਕ ਹੈ ਇਹ ਸਦਰ ਵਾਲਾ ਏਰੀਆ ਇੱਥੋਂ ਅੱਗੇ ਸੁਜ਼ੂਕੀਆਂ ਜਾਣੀਆਂ ਰਾਜਾ ਬਾਜ਼ਾਰ ਸਾਈਡ ਪਰ ਠੀਕ ਹੈ ਉੱਥੋਂ ਹੁਣ ਜਾ ਸਾਂ ਰਾਜਾ ਬਾਜ਼ਾਰ ਉੱਥੋਂ ਕੋਈ ਚੀਜ਼ਾਂ ਕਿੰਨੀਆਂ ਨੇ ਉਹ ਕਿਸਾਂ ਕੀ ਹੈ ਕਿ ਕੰਪਿਊਟਰ ਪਰ ਜਿਹੜਾ ਨਾ ਤਕਰੀਬਨ ਕੋਈ ਘੰਟਾ ਡੇਢ ਲੱਗ ਜਾ ਸੀ ਤੱਕਣੇ ਕੰਪਿਊਟਰ ਨਾਲ ਕਿਆ ਬੰਨਾ ਬਾਕੀ ਸ਼ਾਪਿੰਗ ਵਗੈਰਾ ਕਰਨੇ ਆ ਹੋਰ ਸਾਂ ਕੀ ਦੱਸਣੇ ਆ ਰਾਜਾ ਬਾਜ਼ਾਰ ਵਾਲੇ ਕਾਫੀ ਜ਼ਿਆਦਾ ਸਸਤਾ ਆ ਚਾਚੋ ਸਾਂ ਨਾਲ ਹਾਂਜੀ ਨਾਜ਼ਰੀਨ ਪੁੱਛੀਏ ਰਾਜਾ ਬਾਜ਼ਾਰ ਤੱਕ ਸਕਦੇ ਹੋ ਕਿੰਨੀ ਜ਼ਿਆਦਾ ਟ੍ਰੈਫਿਕ ਹੈ ਇੱਥੇ ਔਰ ਕਾਫੀ ਜ਼ਿਆਦਾ ਰਸ਼ ਹੈ ਤੱਕ ਸਕਦੇ ਹੋ ਇੱਥੇ ਇਹ ਤਾਂ ਕੋਡੇੜੀਆਂ ਵੀ ਲੱਗੀਆਂ ਹੋਈਆਂ ਹਰ ਚੀਜ਼ਾਂ ਨਹੀਂ ਆ ਠੀਕ ਹੈ ਬਾਕੀ ਤੁਸੀਂ ਚੈੱਕ ਕਰੋ ਸਰਦੀ ਦਾ ਮੌਸਮ ਹੈ ਜਰਸੀਆਂ ਨਹੀਂ ਰੇੜੀਆਂ ਲੱਗੀਆਂ ਹਨ ਠੀਕ ਹੈ ਇਹ ਚੈੱਕ ਕਰ ਸਕਦੇ ਹੋ ਬਾਕੀ ਟ੍ਰੈਫਿਕ ਵੀ ਤੱਕੋ ਕਿੰਨੀ ਜ਼ਿਆਦਾ ਆ ਬਾਕੀ ਅੱਗੇ ਜੁਲੇ ਹਾਂ ਬਾਜ਼ਾਰ ਵਾਲੀ ਸਾਈਡ ਆ ਤੁਸੀਂ ਦੱਸਣੇ ਆ ਉੱਥੋਂ ਬਾਜ਼ਾਰ ਮਾਰਕੀਟਸ ਇਹ ਤੱਕ ਨਾਜ਼ਰੀਨ ਮੇਵਾਜਾਤ ਵੀ ਲੱਗੇ ਹੋਏ ਖਾਨ ਸਾਹਿਬ ਵੇਚੀ ਦੇ ਅਸਲਾਮ ਵਾਲੇਕੁਮ ਖਾਨ ਸਾਹਿਬ ਆ ਸੰਘੇ ਜੀ ਖੇਡ ਦੇ ਕਿਸ ਤਰ੍ਹਾਂ ਦੇ ਰਿਹਾ ਖਜੂਰ 350 ਰੁਪਏ 350 ਰੁਪਏ ਕਿਲੋ ਸਹੀ ਹੈ ਜੀ ਮੇਵੇ ਸ਼ੇਵੇ ਖਾਓ ਸਰਦੀ ਅਸ਼ ਨਹੀਂ ਪੀ ਨਾਜ਼ਰੀਨ ਜੀ ਪਾਰਕਿੰਗ ਪਲਾਜ਼ਾ 'ਚ ਤਾਂ ਗੱਡੀਆਂ ਛਿੰਨੀਆਂ ਖਿਲਾਉਣੇ ਨੇ ਇਹ ਤਾਂ ਕੋਈ ਗੱਡੀਆਂ ਅੰਦਰ ਚਾਹੀਦੀਆਂ ਹਨ ਪਾਰਕਿੰਗ 'ਚ ਲੱਗ ਸਨ ਕਾਫੀ ਬੜਾ ਪਲਾਜ਼ਾ ਆ ਇੱਥੇ ਰਾਵਲਪਿੰਡੀ ਦੇ ਅੰਦਰ ਤਾਂ ਬਾਕੀ ਆ ਸਾਹਮਣੇ ਤੱਕ ਸਕਦੇ ਹਾਂ ਫੁਹਾਰਾ ਚੌਂਕ ਹੈ ਕਾਫੀ ਪੁਰਾਣੀ ਜਗ੍ਹਾ ਹੈ ਤਾਂ ਉੱਪਰ ਤੱਕ ਉਹ ਬਾਕੀਆਂ ਨੇ ਹੈਲਮਟ ਵੀ ਇੱਥੇ ਲਾਈ ਉੜਾਉਣੇ ਪਹਿਲਾਂ ਕੌਣ ਸੀ ਹੋਣਾ ਹੈ ਨਾਜ਼ਰੀਨ ਆਇਆ ਇੱਥੇ ਤਾਂ ਇੱਥੇ ਮੋਬਾਈਲ ਨੇ ਐਕਸੈਸਰੀਜ਼ ਵਗੈਰਾ ਤੱਕ ਸਕਦੇ ਹਾਂ ਸ਼ਾਪਾਂ ਤਕਰੀਬਨ ਸਾਰੀਆਂ ਇੱਥੇ ਮੋਬਾਈਲਾਂ ਚਾਰਜਰ ਵਗੈਰਾ ਲੱਭਣੇ ਤਾਂ ਉਹ ਕਿੰਨੇ ਦਾ ਆਇਆ ਵਾ ਚੈੱਕ ਕਰ ਸਕਦੇ ਹੋ ਹੁਣ ਦੂਜੀ ਸਾਈਡ ਪਰ ਜਾ ਸਾਂ ਉਹ ਵੀ ਤੁਸੀਂ ਦੱਸਾਂ ਕਾਫੀ ਬੜਾ ਬਾਜ਼ਾਰ ਹੈ ਰਾਜਾ ਬਾਜ਼ਾਰ ਚੀਜ਼ਾਂ ਕੀ ਰਹੇ ਹਾਂ ਜੀ ਇਹ ਤਾਂ ਕੋਈ ਸ਼ਾਪਰ ਹੀ ਰੱਖਿਆ ਬਾਕੀ ਤੱਕ ਕਿੰਨੀ ਜ਼ਿਆਦਾ ਟ੍ਰੈਫਿਕ ਹੈ ਨਾਜ਼ਰੀਨ ਪੁੱਜੀ ਕਚਹਿਰੀ ਚੌਕ ਦੇ ਇੱਥੋਂ ਅੱਗੇ ਗੱਡੀ ਜਾ ਸੀ ਹੁਣ ਸਵਾ ਅੱਡੇ ਪਰ ਉੱਥੋਂ ਮੇਸਾਂ ਗੱਡੀ ਪਰ ਸਵਾ ਅੱਡਾ ਵਾਡਰ ਡੋਰ ਕਾਲ ਵਾਡਰ ਡੋਰ
ਹਾਂ ਜੀ ਨਾਜ਼ਰੀਨ ਆਟੇ ਚ ਆ ਗਿਆ ਸੁਹਾ ਆਟਾ ਮਾੜੇ ਬੈਕ ਸਾਈਡ ਤੇ ਦੇਖ ਸਕਦੇ ਆ ਸਾਰਾ ਤਕਰੀਬਨ 3 ਵਜੇ ਗੱਡੀ ਨਿਕਲ ਜੀ ਇਥੋਂ ਇਸ ਵਕਤ ਤਾਂ 2:30 ਵਜੇ ਇਸ ਵਕਤ ਦਾ ਟਾਈਮ ਹੋਣਾ ਪਿਆ ਨਾ ਉਹ 2:30 ਹੋਣੇ ਪਏ ਤਾਂ ਬਾਕੀ ਜਿੰਨੇ ਨਮਾਜ਼ ਵਗੈਰਾ ਪੜ੍ਹ ਲਈਆਂ ਜ਼ੋਰ ਨਹੀਂ ਠੀਕ ਹੈ ਇਹਦਾ ਤੋਂ ਕੋ ਦੁਕਾਨ ਸ਼ਕਾਨ ਵੀ ਹੈ ਫਰੂਟ ਵਗੈਰਾ ਵੀ ਲੱਭਣਾ ਇਹ ਹੋਟਲ ਵਗੈਰਾ ਆ ਠੀਕ ਹੈ ਤਕਸਾ ਟਾਈਮ ਹੋਇਆ ਰੋਟੀ ਵਗੈਰਾ ਵੀ ਖਾਈ ਗਈ ਸੀ ਇੱਥੋਂ ਔਰ ਹੁਣ ਜਾਣੇ ਪਿਆ ਪਾਰ ਇਹ ਤਾਂ ਕਿਸੇ ਕਹਿੰਦੇ ਸਵਾਹ ਅੱਡਾ ਇਹਦੇ ਪਿੱਛੇ ਵਰਕਸ਼ਾਪਾਂ ਕੰਮ ਸ਼ਮ ਗੱਡੀਆਂ ਲਾਉਣਾ ਪਿਆ ਔਰ ਗੱਡੀ ਗੱਡੀ ਖਲਤੀ ਵੀ ਤਾਂ ਕੀ ਸਕਦੇ ਹਾਂ ਠੀਕ ਹੈ ਇੱਥੋਂ ਗੱਡੀਆਂ ਜਾਣੀਆਂ ਮੰਡੀ ਬਾਬਲਦੀਨ ਸਿਆਲਕੋਟ ਗੁਜਰਾਲ ਵਾਲਾ ਚੱਕੋਵਾਲ ਖਾਰੀਆਂ ਪਿੰਡ ਦਾਦਨ ਹਾਨ ਜੇਲਮ ਗੁਜਰਾਤ ਲਾਹੌਰ ਮੀਰਪੁਰ ਹਰ ਇਲਾਕੇ ਗੱਡੀ ਜਾਣੀ ਜੀ ਨਾਜ਼ਰੀਨ ਨਮਾਜ਼ ਵਗੈਰਾ ਪੜ੍ਹ ਰਹੇ ਹਾਂ ਤਾਂ ਹੁਣ ਜੁਲਿਆਂ ਅੱਗੇ ਅੱਡੇ ਵਾਲੀ ਸਾਈਡ ਪਰ ਇਸ ਸਾਈਡ ਪਰ ਤਾਂ ਕਾਫੀ ਜ਼ਿਆਦਾ ਜਿਹੜੀ ਟ੍ਰੈਫਿਕ ਹੈ ਉਹ ਜਾਮ ਹੋਈ ਵੀ ਤੱਕੋ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਫਸੀਆਂ ਹਨ ਅੱਛਾ ਤਾਂ ਹੁਣ ਟੁਰੀ ਪਈ ਹੈ ਬੱਲੇ ਬੱਲੇ ਬਾਕੀ ਸਵਾਹ ਨਾਲ ਅੱਡਾ ਚੈੱਕ ਕਰ ਸਕਦੇ ਹਾਂ ਉਸਾਂ ਨੂੰ ਵਰਕਸ਼ਾਪਾਂ ਠੀਕ ਹੈ ਬਾਕੀ ਪਾਰ ਤੱਕੋ ਇਹ ਟੋਟਲ ਅੱਡਾ ਆ ਸਵਾਹ ਕਾਫੀ ਬੜਾ ਅੱਡਾ ਆ ਔਰ ਹੁਣ ਜੁਲਾ ਅੱਗੇ ਗੱਡੀ ਕੋਲ ਜਾਣ ਤੱਕਣੇ ਕਿਆ ਕੋਈ ਸ਼ੀਨ ਹੈ ਕਿੰਨਾ ਟਾਈਮ ਰਹਿਣਾ 3 ਵਜੇ ਗੱਡੀ ਨਿਕਲ ਸੀ 2:25 ਅਤੇ 45 ਮਿੰਟ ਹੋਣੇ ਪਏ ਤਕਰੀਬਨ ਬਾਕੀ ਕਸ਼ਮੀਰੀ ਨਿਸਬਤ ਹੈ ਜਿਹੜੀ ਆ ਗਰਮੀ ਕਾਫੀ ਜ਼ਿਆਦਾ ਆ ਉੱਧਰ ਠੰਡ ਕਾਫੀ ਜ਼ਿਆਦਾ ਧੁੱਪ ਕਾਫੀ ਜ਼ਿਆਦਾ ਲੱਗੀ ਹੋਈ ਤਾਂ ਕਿਸੇ ਕਹਿੰਦੇ ਇਸ ਟਾਈਮ ਵੀਡੀਓ ਹੀ ਨਜ਼ਰ ਆ ਰਿਹਾ ਅਸੀਂ ਇਸ ਗੱਡੀ ਪਰ ਸਫ਼ਰ ਕਰ ਸਾਂ ਬਸ ਕੋਈ 10 ਮਿੰਟ ਰਹਿਣੇ ਗੱਡੀ ਨਿਕਲ ਸੀ ਠੀਕ ਹੈ ਬਾਕੀ ਅਸਾਂ ਵੇਟ ਕਰਨੇ ਮੈਂ ਬਈ ਦਿੱਤਾ ਬਾਕੀ ਹੁਣ ਜਾਣਨਾ ਸੋਰੀ ਸਿੰਘ ਸਾਹਿਬ ਅਸੀਂ ਨਾਜ਼ਰੀਨ ਗੱਡੀ ਟੁਰਦੀ ਪਈ ਹੈ ਸਵਾਹ ਅੱਡੇ ਤੋਂ ਡਡਿਆਲ ਦੀ ਤਰਫ ਤਾਂ ਇਸ ਟਾਈਮ ਗੱਡੀ ਨਿਕਲੀ ਵੀ ਅੱਡੇ ਚੋਂ ਤੱਕ ਸਕਦੇ ਹੋ ਹੁਣ ਅਸਾਂ ਅੱਗੇ ਆਈ ਗਏ ਜੀ ਰਾਵਲਪਿੰਡੀ ਦੇ ਰੋਡਾਂ ਪਰ ਠੀਕ ਹੈ ਤਾਂ ਹੁਣ ਅੱਗੇ ਰਾਹ ਨੇ ਮਨਾਜ਼ਰ ਦੱਸਾਂ ਅਗਰ ਵੀਡੀਓ ਸਿੰਘ ਪਸੰਦ ਆਈ ਹੈ ਵੀਡੀਓ ਦੀ ਲਾਜ਼ਮੀ ਲਾਈਕ ਕਰਿਆ ਨੇ ਸ਼ੇਅਰ ਕਰਿਆ ਨੇ ਨਾਜ਼ਰੀਨ ਪੁੱਜੀ ਆਏ ਹਾਂ ਗੀਗਾ ਮਾਲ ਕੋਲ ਜਿਸ ਕੀ ਵਰਲਡ ਟ੍ਰੇਡ ਸੈਂਟਰ ਵੀ ਆਇਆ ਜਾਣਾ ਡਡਿਆਲ ਪੁੱਜੇ ਹਾਂ ਵਾਪਸ ਪਿੰਡੀ ਤੋਂ ਤੱਕ ਸਕਦੇ ਇਸ ਟਾਈਮ ਤਕਰੀਬਨ 6:30 ਨਾਲ ਟਾਈਮ ਹੈ ਹੁਣ ਵੇਟ ਕਰਨੇ ਪਏ ਗੱਡੀ ਛੱਡੀ ਅੱਛਾ ਜੁਲਾ ਘਰ ਨਾਜ਼ਰੀਨ ਫਾਈਨਲੀ ਘਰ ਪੁੱਜੇ ਹਾਂ ਉਮੀਦ ਕਰਨਾ ਕਿ ਵੀਡੀਓ ਪਸੰਦ ਆਈ ਤੁਸੀਂ ਅਗਰ ਇਹ ਵਲੋਗ ਪਸੰਦ ਆਇਆ ਤਾਂ ਵੀਡੀਓ ਕੀ ਲਾਈਕ ਕਰੋ ਕਮੈਂਟ ਕਰੋ ਔਰ ਚੈਨਲ ਕੀ ਜ਼ਰੂਰ ਸਬਸਕ੍ਰਾਈਬ ਕਰੋ